ਅਸਲਾਮੁਆਲਿਕਮ तमाम ਦੋਸਤਾਂ ਨੂੰ ਆਸਫ ਵਲੌਗ YouTube ਚੈਨਲ ਵਿੱਚ ਖੁਸ਼ਾਮਦੀਦ ਭਾਈਓ ਮੈਂ ਤੁਹਾਡਾ ਭਾਈ ਮੁਹੰਮਦ ਆਸਫ ਖਿੱਚੀ ਤੇ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਮੱਕੀ ਜਨਾਬ ਜਿੰਨਾ ਦੋਸਤਾਂ ਨੇ ਲਗਾਈ ਹੋਈ ਹੈ ਤੇ ਉਹਦੀ ਫੀ ਏਕੜ ਜ਼ਿਆਦਾ ਪੈਦਾਵਾਰ 150 ਮਾਨ ਤੱਕ ਪੈਦਾਵਾਰ ਲਵਣ ਵਾਸਤੇ ਆਪਾਂ ਨੂੰ ਇਹ ਬਾਹਰੀਆ ਮੱਕੀ ਨਾਲ ਕੀ ਕਰਨਾ ਚਾਹੀਦਾ ਹੈ ਕਿੰਨਾ ਗੱਲਾਂ ਦਾ ਖਿਆਲ ਰੱਖਦੇ ਆ ਹੋਇਆ ਖਾਦ ਪਲਾਨ ਸਪਰੇਅ ਔਰ ਇਹਨਾਂ ਚੀਜ਼ਾਂ ਦਾ ਖਿਆਲ ਰੱਖਦੇ ਆ ਆਪਾਂ ਅੱਛੀ ਪੈਦਾਵਾਰ ਫੀ ਏਕੜ ਹਾਸਲ ਕਰ ਸਕਨੇ ਆ ਤੇ ਇਹਦੇ ਵਿੱਚ ਕੁਝ ਗੱਲਾਂ ਬੜੀਆਂ ਅਹਿਮ ਨੇ ਕਿਉਂਕਿ ਫੀ ਏਕੜ ਦੇ ਵਿੱਚ ਤਕਰੀਬਨ 35000 ਪੌਦਾ ਲੱਗਾ ਹੁੰਦਾ ਤੇ ਇੱਕ ਇੱਕ ਪੌਦੇ ਨਾਲ ਆਪਾਂ ਨੂੰ ਕਿਸਾਨਾਂ ਨੂੰ ਭਾਗ ਹੈਗਾ ਔਰ ਜਿਹੜਾ ਵੀ ਪੌਦਾ ਹੈ ਔਰ ਜਿਹੜੀ ਵੀ ਫਸਲ ਹੈ ਅਗਰ ਉਹਦੀ ਬੁਨਿਆਦ ਅੱਛੀ ਹੋਵੇਗੀ ਪੌਦਾ ਅੱਛਾ ਹੋਵੇਗਾ ਉਹਦਾ ਮੁੱਢ ਤਕੜਾ ਹੋਵੇਗਾ ਨਾ ਤੇ ਉਹ ਪੌਦਾ ਫਿਰ ਐਵਰੇਜ ਵੀ ਅੱਛੀ ਦੇਵੇਗਾ ਫੀ ਏਕੜ ਐਵਰੇਜ ਆਪਾਂ ਨੂੰ ਅੱਛੀ ਮਿਲੇਗੀ ਤੇ ਇਹ ਜਿਹੜੀ ਮੇਰੀ ਬਿਜਾਈ ਹੈਗੀ ਐਸ ਮੱਕੀ ਦੀ ਏ ਜਨਾਬ ਹੈ 8 ਫਰਵਰੀ ਦੀ ਤੇ ਤਕਰੀਬਨ ਜਿਹੜੀ ਮੱਕੀ ਦੇ ਪੌਦੇ ਆਣ ਉਹ ਦੋ ਪੱਤੇ ਦੇ ਹੋ ਚੁੱਕੇ ਨੇ ਔਰ ਤੀਸਰਾ ਪੱਤਾ ਮੱਕੀ ਨਿਕਾਲਦੀ ਪਈ ਹੈ ਤੇ ਜ਼ਿਹਨ ਵਿੱਚ ਇਹ ਨਹੀਂ ਰੱਖਣਾ ਕਿ ਇਹਨੂੰ ਹਾਲੇ ਸਪਰੇਅ ਦੀ ਜ਼ਰੂਰਤ ਨਹੀਂ ਹੈਗੀ ਜਾਂ ਇਹਨੂੰ ਖਾਦ ਦੀ ਹਾਲੇ ਜ਼ਰੂਰਤ ਨਹੀਂ ਹੈਗੀ ਥੋੜੀ ਜਿਹੀ ਮੈਂ ਲੇਟ ਲਾ ਸਾਂ ਤੇ ਖਾਦ ਵੀ ਟਾਈਮ ਨਾਲ ਹੀ ਦੇਣੀ ਚਾਹੀਦੀ ਹੈ ਔਰ ਸਪਰੇਅ ਵੀ ਬਿਮਾਰੀਆਂ ਨੂੰ ਵੇਖਦੇ ਹੋਏ ਜਲਦੀ ਕਰ ਲੈਣਾ ਚਾਹੀਦਾ ਹੈ ਮੈਂ ਜਨਾਬ ਆਪਣੀ ਇਸ ਮੱਕੀ ਨੂੰ ਅੱਜ ਪਾਣੀ ਲਗਾਇਆ ਹੋਇਆ ਹੈ ਸਾਦਾ ਪਾਣੀ ਲਗਾ ਰਿਹਾ ਉਦਲਾ ਪਾਣੀ ਆਪਾਂ ਇਨਸ਼ਾਅੱਲਾ ਡੀਪੀ ਅਤੇ ਯੂਰੀਆ ਅਸੀਂ ਇਹਦੇ ਵਿੱਚ ਫਲੱਡ ਕਰਾਂਗੇ ਮਿਕਸ ਕਰਾਂਗੇ ਗੋਲ ਕੇ ਲਗਾਉਣੀ ਹੈ ਮੈਂ ਜਦੋਂ ਇਸ ਫਸਲ ਦੇ ਵਿੱਚ ਚੱਲ ਰਿਹਾ ਸੀ ਨਾ ਮੈਨੂੰ ਕਾਫੀ ਜਗ੍ਹਾ ਤੇ ਨਜ਼ਰ ਆਇਆ ਕਿ ਪੌਦੇ ਉਤੋਂ ਕੱਟੇ ਪਏ ਸੀ ਪੌਦੇ ਉਤੋਂ ਕੱਟੇ ਪਏ ਸੀ ਮੁੱਢ ਤੋਂ ਤੇ ਮੈਂ ਕਿਹਾ ਸ਼ਾਇਦ ਕੋਈ ਜਾਨਵਰ ਪਾੜ ਰਹੀ ਹੈ ਲੇਕਿਨ ਫਿਰ ਮੈਂ ਇਹਨੂੰ ਕਾਫੀ ਗੌਰ ਨਾਲ ਜਦੋਂ ਦੇਖਿਆ ਨਾ ਤੇ ਮੈਨੂੰ ਇਹਦੇ ਵਿੱਚ ਕੀ ਨਜ਼ਰ ਆਇਆ ਸੁੰਡੀ ਨਜ਼ਰ ਆਈ ਤੇ ਮੱਕੀ ਤੇ ਪਾਕਿਸਤਾਨ ਵਿੱਚ ਜ਼ਿਆਦਾਤਰ ਜਿਹੜੀ ਸੁੰਡੀ ਅਟੈਕ ਕਰ ਰਹੀ ਹੈ ਨਾ ਤਕਰੀਬਨ ਤੀਜੇ ਚੌਥੇ ਸਾਲ ਤੋਂ ਉਹ ਹੈ ਫਾਲ ਆਰਮੀ ਵਰਮ ਔਰ ਫਾਲ ਆਰਮੀ ਵਰਮ ਜਿਹੜੀ ਸੁੰਡੀ ਹੈ ਨਾ ਇਹ ਬਹੁਤ ਹੀ ਖਤਰਨਾਕ ਹੈ ਕਿਸੇ ਵੀ ਸਟੇਜ ਤੇ ਇਹ ਮੱਕੀ ਦਾ ਨੁਕਸਾਨ ਕਰ ਸਕਦੀ ਹੈ ਔਰ ਹੱਦ ਤੋਂ ਜ਼ਿਆਦਾ ਨੁਕਸਾਨ ਕਰਦੀ ਹੈ ਤੇ ਮੈਂ ਜਨਾਬ ਤੁਹਾਨੂੰ ਦਿਖਾਣਾ ਕਿ ਮੈਂ ਦੇਖ ਰਿਹਾ ਸੀ ਜਗ੍ਹਾ ਜਗ੍ਹਾ ਤੇ ਜਿਹੜੇ ਪੌਦੇ ਨੇ ਉਹ ਕੱਟੇ ਪਏ ਨੇ ਤੇ ਜਦੋਂ ਇੱਕ ਜਗ੍ਹਾ ਤੇ ਮੈਂ ਦੇਖਿਆ ਪੌਦਾ ਤਾਜ਼ਾ ਕੱਟਿਆ ਪਿਆ ਹੈ ਤੇ ਮੈਂ ਜਨਾਬ ਉਹਨੂੰ ਉਖਾੜਨਾ ਚਾਹੁੰਦਾ ਸੀ ਤੇ ਇਹਦੇ ਵਿੱਚ ਵੇਖਣਾ ਚਾਹੁੰਦਾ ਸੀ ਪ੍ਰੋਬਲਮ ਕੀ ਆ ਰਹੀ ਐ ਜਨਾਬ ਪੌਦਾ ਸੀ ਜਿਹੜਾ ਕਟਿਆ ਵੀ ਆ ਸੀ ਇਹਨ ਦੀ ਜਨਾਬ ਜਦੋਂ ਮਿੱਟੀ हटਾਈ ਹੈ ਨਾ ਤੇ ਇਹ ਦੇਖੋ ਨਾ ਉਤੋਂ ਪੌਦਾ ਕਟਿਆ ਵੀ ਹੈ ਜਦੋਂ ਮਿੱਟੀ हटਾਈ ਤੇ ਇਹਦੇ ਵਿੱਚ ਆਪਾਂ ਨੂੰ ਜਨਾਬ ਨਜ਼ਰ ਆਈ ਮੈਨੂੰ ਸੁੰਡੀ ਔਰ ਸੁੰਡੀ ਕਿਹੜੀ ਹੈ ਫਾਲ ਆਰਮੀ ਵਰਮ ਹੈ ਇਹ ਇਹ ਦੇਖੋ ਜਨਾਬ ਇਹ ਨਿਕਲਾਈ ਠੀਕ ਹੋ ਗਿਆ ਜੀ ਹਾਂ ਸੁੰਡੀਆਂ ਜਨਾਬ ਫਾਲ ਆਰਮੀ ਵਰਮ ਇਹਦੇ ਤੇ ਮੈਂ ਪਹਿਲੇ ਵੀ ਵੀਡੀਓ ਬਣਾ ਚੁੱਕਾ ਇਹਨਾਂ ਦੀ ਨਿਸ਼ਾਨਦੇ ਕਰ ਚੁੱਕਾ ਕਿ ਆਪਾਂ ਕਿਵੇਂ ਪਛਾਣ ਸਕਨੇ ਆ ਇਹ ਫਾਲ ਆਰਮੀ ਵਰਮ ਹੈ ਫਾਲ ਆਰਮੀ ਵਰਮ ਦੇ ਵਿੱਚ ਤੁਹਾਨੂੰ ਮੁਖਤਸਰ ਜਿਆ ਦੱਸਦਾ ਚਲਾਂ ਕਹਿੰਦੀ ਕਮਰ ਦੇ ਉੱਤੇ ਨਾ ਬਰੀਕ ਬਰੀਕ ਨਿਸ਼ਾਨ ਹੁੰਦੇ ਨੇ ਬਿੰਦੀਆਂ ਲੱਗੀਆਂ ਹੁੰਦੀਆਂ ਨੇ ਤੇ ਇਹਦੀ ਪੁਸ਼ਤੇ ਜਨਾਬ ਪੁਸ਼ਤ ਤੇ ਤਕਰੀਬਨ 4 ਬਿੰਦੀਆਂ ਇੱਕੋ ਬਰਾਬਰ ਲੱਗੀਆਂ ਹੁੰਦੀਆਂ ਨੇ 4 ਬਿੰਦੀਆਂ ਤੇ ਇਹਦਾ ਕਲਰ ਹੁੰਦਾ ਪਹਿਲੇ ਇਹਦਾ ਥੋੜਾ ਜਿਹਾ سبز ਕਲਰ ਹੁੰਦਾ ਬਲੈਕ ਵੀ ਹੁੰਦਾ ਔਰ ਇਹ ਸੁੰਡੀ ਕਾਫੀ ਬੜੀ ਵੀ ਹੋ ਜਾਂਦੀ ਔਰ ਇਹ ਛੋਟੇ ਸਟੇਜ ਤੇ ਜਿਹੜਾ ਹੈ ਨਾ ਇਹ ਜਨਾਬ ਮੁਬਾਸ਼ਤ ਰਖਦੀ ਹੈ ਲਸ਼ਕਰੀ ਸੁੰਡੀ ਨਾਲ ਲਸ਼ਕਰੀ ਸੁੰਡੀ ਔਰ ਫਾਲ ਆਰਮੀ ਵਰਮ ਤਕਰੀਬਨ ਸੇਮ ਸੇਮ ਹੀ ਸੁੰਡੀ ਹੈ ਇਹਦੀ ਪਹਿਚਾਨ ਇਹ ਹੈ ਕਿ ਇਹਦੀ ਕਮਰ ਉੱਤੇ ਬਿੰਦੀਆਂ ਬਣੀਆਂ ਹੁੰਦੀਆਂ ਨੇ ਨਿਸ਼ਾਨ ਲੱਗੇ ਹੋਏ ਹੁੰਦੇ ਨੇ ਉਹ ਵੀਡੀਓ ਮੇਰੇ ਚੈਨਲ ਤੇ ਮੌਜੂਦ ਆ ਤੁਸੀਂ ਮਜ਼ੀਦ ਉਹਦੇ ਤੇ ਵੇਖ ਸਕਦੇ ਹੋ ਇਹਦੀ ਪਛਾਣ ਵੇਖ ਸਕਦੇ ਹੋ ਤੇ ਇਸ ਤਰ੍ਹਾਂ ਦਾ ਅਗਰ ਤੁਹਾਨੂੰ ਵੀ ਆਪਣੀ ਮੱਕੀ ਦੇ ਵਿੱਚ ਇਹਦਾ ਅਟੈਕ ਨਜ਼ਰ ਆ ਰਹੀ ਹੈ ਨਾ ਪੌਦੇ ਉਤੋਂ ਕੱਟੇ ਹੋਏ ਨਜ਼ਰ ਆ ਰਹੇ ਨੇ ਤੇ ਮੇਰਾ ਭਾਈ ਇਹ ਸੁੰਢੀ ਅਟੈਕ ਮੱਕੀ ਤੇ ਕਰ ਚੁੱਕੀ ਹੈ ਔਰ ਕਿਸਲੇ ਵੀ ਕਰ ਸਕਦੀ ਹੈ ਇਹ ਫਾਲ ਆਰਮੀ ਵਰਮ ਇਹ ਪੌਦੇ ਨੂੰ ਜਨਾਬ ਕੱਟ ਕੇ ਖਾਤੇ ਤੇ ਉਵੇਂ ਨਾਲ ਪੌਦੇ ਨੂੰ ਤਣੇ ਨੂੰ ਖਾਂਦੀ ਜਾਂਦੀ ਹੈ ਤੇ ਥੱਲੇ ਜ਼ਮੀਨ ਦੇ ਵਿੱਚ ਵੜਦੀ ਜਾਂਦੀ ਤੇ ਤੋੜ ਪੌਦੇ ਨੂੰ ਜਨਾਬ ਇਹ ਵੇਖੋ ਨਾ ਪੌਦਾ ਇਹਨੇ ਜਨਾਬ ਉਤੂ ਖਾਦਾ ਤੇ ਹੁਣ ਇਹ ਤਣੇ ਨੂੰ ਖਾਂਦੀ ਜਾਂਦੀ ਹੈ ਖਾਂਦੀ ਖਾਂਦੀ ਹੈ ਜਨਾਬ ਨਾਲੇ ਜ਼ਮੀਨ ਵਿੱਚ ਚਲੀ ਜਾਏਗੀ ਤੇ ਨਾਲੇ ਤਣਾ ਤੋੜ ਜੜ ਤੱਕ ਖਾ ਜਾਵੇਗੀ ਤੇ ਪੌਦਾ ਖਤਮ ਤੇ ਜਦੋਂ ਇਹ ਥੋੜੀ ਜਿਹੀ ਬੜੀ ਹੋ ਜਾਂਦੀ ਹੈ ਜਾਂ ਜ਼ਿਆਦਾ ਤਦਾਰ ਦੇ ਵਿੱਚ ਇਹ ਸੁੰਡੀ ਅਟੈਕ ਕਰ ਦਿੰਦੀ ਨਾ ਤੇ ਤਕਰੀਬਨ ਏਕੜ ਦੇ ਏਕੜ ਖਤਮ ਕਰ ਦਿੰਦੀ ਹੈ ਤੇ ਲਿਆਜ਼ਾ ਜਿਹੜਾ ਹੈ ਨਾ ਆਪਣੀ ਫਸਲ ਨੂੰ ਚੱਕਰ ਲਗਾ ਕਰੋ ਇਸ ਤਰ੍ਹਾਂ ਦਾ ਜਿਹੜਾ ਅਗਰ ਮਸਲਾ ਨਜ਼ਰ ਆ ਰਿਹਾ ਹੈ ਨਾ ਤੇ ਇਹਦੇ ਵਾਸਤੇ ਸਪਰੇਅ ਜ਼ਰੂਰ ਕਰੋ ਔਰ ਇਹਦੇ ਵਾਸਤੇ ਜਿਹੜਾ ਬਿਹਤਰ ਸਪਰੇਅ ਹੈ ਨਾ ਅਸੀਂ ਤਾਂ ਇਹਦੇ ਵਾਸਤੇ ਕਰ ਰਹੇ ਆਂ ਜੀ ਜੈਂਟ ਸਪਰੇਅ ਕਰ ਰਹੇ ਆਂ 벨ਟ ਸਪਰੇਅ ਕਰੀਂਦਾ ਹੈ ਬਾਹਰ ਕੰਪਨੀ ਦਾ ਔਰ ਕਿਸੇ ਵੀ ਅੱਛੀ ਕੰਪਨੀ ਦਾ ਸਪਰੇਅ ਤੁਸੀਂ ਕਰ ਸਕਦੇ ਹੋ ਮਜ਼ੀਦ ਇਨਸ਼ਾਅੱਲਾ ਜਦੋਂ ਸਪਰੇਅ ਕਰਾਂਗੇ ਤੇ ਤੁਹਾਨੂੰ ਇਹਦੇ ਬਾਰੇ ਦੱਸਾਂਗੇ ਤੇ ਖਾਦ ਦਾ ਪਲਾਨ ਵੀ ਇਨਸ਼ਾਅੱਲਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂਕਿ ਸਾਡੀ ਇਹ ਜ਼ਮੀਨ ਹੈਗੀ ਆਲੂਆਂ ਵਾਲੀ ਤੇ ਆਲੂਆਂ ਵਾਲੀ ਜ਼ਮੀਨ ਜਿਹੜੀ ਹੁੰਦੀ ਹੈ ਇਹਦੇ ਵਿੱਚ ਖਾਦ ਅਗੇ ਡੀਏਪੀ ਤਾਂ ਬੜੀ ਹੁੰਦੀ ਹੈ ਅਸੀਂ ਇਹਨੂੰ ਜਨਾਬ ਖਾਦ ਡੀਏਪੀ ਕੰਮ ਲਾਵਾਂਗੇ ਯੂਰੀਆ ਲਾਵਾਂਗੇ ਪੋਟਾਸ਼ ਲਾਵਾਂਗੇ ਤੇ ਜਿਹੜੀਆਂ ਦੂਸਰੀਆਂ ਜ਼ਮੀਨਾਂ ਨੇ ਜਿੰਨਾ ਮੱਕੀ ਉੱਤੇ ਮੱਕੀ ਲਗਾਈ ਹੈ ਜਾਂ ਮੁੰਜੀ ਵਾਲੀ ਜ਼ਮੀਨ ਖਾਲੀ ਛੱਡੀ ਹੋਈ ਸੀ ਉਹਦੇ ਉੱਤੇ ਮੱਕੀ ਲਗਾਈ ਆ ਗਈ ਆ ਤਰੀ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਪਰ ਏਕੜ 2 ਡੀਏਪੀ 1.5 ਤੋਂ 2 ਬੋਰੀ ਡੀਏਪੀ ਔਰ 1 ਯੂਰੀਆ ਜਦੋਂ ਮੱਕੀ ਦੋ ਪੱਤਿਆਂ ਵਾਲੀ ਹੋ ਜਾਂਦੀ ਆ ਉਦੋਂ ਇਹਨੂੰ ਢਾਲ ਦਿੱਤੀ ਜਾਵੇ ਕੋਸ਼ਿਸ਼ ਤਾਂ ਕਰਨੀ ਚਾਹੀਦੀ ਆ ਜਦੋਂ ਮੱਕੀ ਆਪਾਂ ਲਗਾ ਵੀ ਦਿਆ ਉਦੋਂ ਹੀ ਢਾਲ ਦਿੱਤੀ ਜਾਵੇ ਅਗਰ ਸਿੰਗਲ ਖੇੜੀ ਆਪਾਂ ਬਣਾਣੇ ਆ ਤਾਂ ਆਪਾਂ ਥੱਲੇ ਵੀ ਛੱਟਾ ਕਰ ਸਕਨੇ ਆ ਤੇ ਬੈੱਡ ਅਗਰ ਬਣਾਣੇ ਆ ਤਾਂ ਆਪਾਂ ਜਨਾਬ ਜਦੋਂ ਦੋ ਪੱਤਿਆਂ ਵਾਲਾ ਪੌਦਾ ਹੋ ਜਾਵੇ ਪੌਦਾ ਯਾਨੀਕਿ ਦੋ ਪੱਤੇ ਬਣਾ ਲਵੇ ਉਦੋਂ ਇਹਨੂੰ ਖਾਦ ਡਾਲ ਦੇਣੀ ਚਾਹੀਦੀ ਤਾਂ ਕਿ ਇਹਦੀ ਜੜ ਮਜ਼ਬੂਤ ਹੋਵੇ ਤੇ ਆਪਾਂ ਇਹਦੇ ਕੋਲ ਪੈਦਾਵਾਰ ਅੱਛੀ ਲੈ ਸਕੀਏ مزید ਅੱਗੇ ਇਨਸ਼ਾਅੱਲਾ ਆਪਣੇ ਤਜਰਬੇ ਦੇ ਮੁਤਾਬਕ ਤੁਹਾਨੂੰ ਜਨਾਬ ਦੱਸਦਾ ਰਹਾਂਗਾ ਜੋ ਵੀ ਆਪਾਂ ਇਸ ਮੱਕੀ ਤੇ ਅਪਲਾਈ ਕਰਾਂਗੇ ਤੇ ਅੱਛੀ ਐਵਰੇਜ ਲਵਣ ਵਾਸਤੇ ਮਿਲਦੇ ਹਾਂ ਅਗਲੀ ਵੀਡੀਓ ਨਾਲ ਇਜਾਜ਼ਤ ਦਿਓ ਅੱਲਾ ਹਾਫਿਜ਼